ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਵੇਖ ਰਹੇ ਹੋ ਦੇਸੀ ਚੈਨਲ 'ਤੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ। ਸੋ ਇਹ ਅਪਡੇਟ ਰਿਲੇਟਡ ਹੈ ਸਾਰੰਗ ਸਿਕੰਦਰ ਦੇ ਨਾਲ। ਵੈਲ, ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸਾਰੰਗ ਸਿਕੰਦਰ, ਅਲਾਪ ਸਿਕੰਦਰ ਅਤੇ ਕਰਨ ਔਜਲਾ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਵੈਲ, ਇਹ ਤਿੰਨੋਂ ਇਕੱਠੇ ਲਾਈਵ ਵੀ ਹੋਏ ਸਨ ਅਤੇ ਆਉਣ ਵਾਲੇ ਕਿਸੇ ਪ੍ਰੋਜੈਕਟ ਦੀ ਤਿਆਰੀ ਵੀ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਹ ਪ੍ਰੋਜੈਕਟ ਸਾਹਮਣੇ ਆਊਗਾ। ਲੇਕਿਨ ਰੀਸੈਂਟਲੀ ਸਾਰੰਗ ਸਿਕੰਦਰ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਾਰੀ ਸਟੋਰੀ ਸਾਂਝੀਆਂ ਕੀਤੀਆਂ ਨੇ। ਇਹ ਵੀ ਦੱਸ ਦਈਏ ਕਿ ਸਾਰੰਗ ਸਿਕੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੇ ਨੇ, ਆਪਣੇ ਫੈਨਸ ਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ ਕਿ ਉਹ ਕੀ ਕਰ ਰਹੇ ਨੇ, ਆਪਣੇ ਫੈਨਸ ਦੇ ਨਾਲ ਇੰਟਰੈਕਟ ਕਰਦੇ ਰਹਿੰਦੇ ਨੇ। ਸੋ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸਾਰੰਗ ਸਿਕੰਦਰ ਨੇ ਕੁਝ ਸਟੋਰੀ ਸਾਂਝੀਆਂ ਕੀਤੀਆਂ, ਲੇਕਿਨ ਸਪੈਸ਼ਲ ਚੀਜ਼ ਇਹ ਹੈ ਕਿ ਇਹਨਾਂ ਸਟੋਰੀਜ਼ ਦੇ ਵਿੱਚ ਕਰਨ ਔਜਲਾ ਦਾ ਜ਼ਿਕਰ ਹੈ ਅਤੇ ਕਰਨ ਔਜਲਾ ਦੀ ਸਟੋਰੀ ਵੀ ਜਿਹੜੀ ਇਹਨਾਂ ਨੇ ਸਾਂਝੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਵੀ ਹੈ। ਵੈਲ, ਤੁਹਾਨੂੰ ਦੱਸ ਦਈਏ ਪਹਿਲੇ ਕਿ ਕਰਨ ਔਜਲਾ ਦੇ ਇੱਕ ਫੈਨ ਪੇਜ ਨੇ ਇੱਕ ਸਟੋਰੀ ਹੈ ਜਿਹੜੀ ਉਹ ਸਾਂਝੀ ਕੀਤੀ ਸੀ, ਇੱਕ ਰੀਲ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਸਾਰੰਗ ਸਿਕੰਦਰ ਨੇ ਇਹ ਰੀਲ ਨੂੰ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਸਟੋਰੀ ਆਫ ਮਾਈ ਲਾਈਫ। ਵੈਲ, ਅਜਿਹਾ ਸਾਰੰਗ ਸਿਕੰਦਰ ਨੇ ਕਿਉਂ ਲਿਖਿਆ ਤੁਹਾਨੂੰ ਉਹਨਾਂ ਦੀ ਇਹ ਸਟੋਰੀ ਵੇਖ ਕੇ ਜ਼ਰੂਰ ਪਤਾ ਲੱਗ ਜਾਵੇਗਾ, ਤੁਸੀਂ ਉਹਨਾਂ ਦੇ ਇੰਸਟਾਗ੍ਰਾਮ 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਲੇਕਿਨ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਇਸ ਸਟੋਰੀ ਦੇ ਵਿੱਚ ਕਰਨ ਔਜਲਾ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਜਿੱਥੇ ਮਿਲਦੀ ਨਹੀਂ ਮਤ ਬਹਿਸ ਕਰਦਾ ਨਹੀਂ ਯਾਰ, ਚੁੱਪ ਬੁੱਲਾਂ ਉੱਤੇ ਅਤੇ ਕਾਟੋ ਫੁੱਲਾਂ 'ਤੇ ਕੁੜੇ। ਇਹ ਲਾਈਨਾਂ ਕਰਨ ਔਜਲਾ ਦੇ 52 ਬਾਰਸ ਗਾਣੇ ਦੀਆਂ ਨੇ, ਜੋ ਕਿ ਉਹਨਾਂ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ EP ਫੋਰ ਯੂ ਦੇ ਵਿੱਚੋਂ ਹੈ। ਇਸ ਗੀਤ ਨੇ ਕਈ ਸਾਰੇ ਰਿਕਾਰਡ ਤੋੜੇ, ਕਈ ਸਾਰੇ ਇੰਟਰਨੈਸ਼ਨਲ ਚਾਰਟਸ ਦੇ ਉੱਤੇ ਆਪਣੀ ਜਗ੍ਹਾ ਬਣਾਈ ਅਤੇ ਇਹ ਗੀਤ ਪੰਜਾਬੀਆਂ ਦੇ ਦਿਲਾਂ ਵਿੱਚ ਵੀ ਘਰ ਕਰ ਗਿਆ, ਰਿਪੀਟ 'ਤੇ ਚੱਲ ਰਿਹਾ। ਅਤੇ ਦੱਸ ਦਈਏ ਕਿ ਇਹ ਗੀਤ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਅਤੇ ਹਾਲ ਹੀ ਦੇ ਵਿੱਚ ਜਦੋਂ ਕਰਨ ਔਜਲਾ, ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਇਕੱਠੇ ਬੈਠੇ ਸਨ, ਉਦੋਂ ਦੀ ਇਹ ਗੱਲਬਾਤ ਹੈ, ਉਦੋਂ ਦੀ ਇਹ ਵੀਡੀਓ ਹੈ ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਸਾਰੰਗ ਸਿਕੰਦਰ ਨੇ ਵੀ ਇਸਨੂੰ ਸਾਂਝਾ ਕੀਤਾ। ਅਤੇ ਦੂਸਰੀ ਅਪਡੇਟ ਇਹ ਹੈ ਕਿ ਜਲਦੀ ਹੀ ਸਾਨੂੰ ਯਾਰ ਚੱਲੇ ਬਾਹਰ ਦਾ ਸੈਕਿੰਡ ਸੀਜ਼ਨ ਵੇਖਣ ਨੂੰ ਮਿਲ ਰਿਹਾ, ਜਿਸਦਾ ਪਹਿਲਾ ਐਪੀਸੋਡ 25 ਮਾਰਚ ਨੂੰ ਆ ਜਾਣਾ ਹੈ। ਅਤੇ ਇਸ ਦੇ ਮਿਊਜ਼ਿਕ ਵੱਲੋਂ ਕੰਮ ਕਰ ਰਹੇ ਨੇ ਸਾਰੰਗ ਸਿਕੰਦਰ, ਕਿਉਂਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਸਟੋਰੀ ਵੀ ਸਾਂਝੀ ਕੀਤੀ ਹੈ ਕਿ ਯਾਰ ਚੱਲੇ ਬਾਹਰ ਸੀਜ਼ਨ 2 25 ਮਾਰਚ ਨੂੰ ਆ ਰਿਹਾ। ਅਤੇ ਦੱਸ ਦਈਏ ਕਿ ਉਹਨਾਂ ਨੇ ਆਪਣੇ ਲੈਪਟਾਪ ਦੀ ਸਕਰੀਨ ਵੀ ਸਾਂਝੀ ਕੀਤੀ ਹੈ, ਜਿਸ ਦੇ ਉੱਤੇ ਆਡੀਓ ਐਡੀਟਿੰਗ, ਮਿਊਜ਼ਿਕ ਐਡੀਟਿੰਗ ਚੱਲ ਰਹੀ ਹੈ। ਸੋ ਹੁਣ ਵੇਖਦੇ ਹਾਂ ਕਿ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਕੀ ਰਿਸਪੌਂਸ ਰਹਿੰਦਾ ਹੈ। ਵੈਲ, ਕਰਨ ਔਜਲਾ ਵਾਲੀ ਸਟੋਰੀ ਅਤੇ ਸਾਰੰਗ ਸਿਕੰਦਰ ਨੇ ਜੋ ਸਾਂਝੀ ਕੀਤੀ ਹੈ, ਤੁਹਾਨੂੰ ਕਿੰਨੀ ਕੁ ਰਿਲੇਟੇਬਲ ਲੱਗਦੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ, ਅਤੇ 52 ਬਾਰਸ ਤੁਸੀਂ ਕਿੰਨੀ ਕੁ ਵਾਰੀ ਸੁਣਿਆ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਬਸ ਇੰਨਾ ਹੀ, ਅਤੇ ਬਾਲੀਵੁੱਡ ਅਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓਜ਼ ਅਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।